ਅੰਮ੍ਰਿਤਸਰ ਦੇ ਸੈਕੂਲਰ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਬਾਹਰ ਉਸ ਸਮੇਂ ਕਾਫੀ ਹੰਗਾਮਾ ਹੋ ਗਿਆ ਜਦੋਂ ਇੱਕ ਪੀੜਤ ਪਰਿਵਾਰ ਦੇ ਵੱਲੋਂ ਹੱਥਾਂ ਦੇ ਵਿੱਚ ਬੈਨਰ ਫੜ ਕੇ ਹਸਪਤਾਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਹਸਪਤਾਲ ਦੇ ਡਾਕਟਰਾਂ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ। ਪਰ ਇਸ ਦੌਰਾਨ ਇਹ ਮਾਮਲਾ ਉਸ ਸਮੇਂ ਹੋਰ ਜ਼ਿਆਦਾ ਵੱਧ ਗਿਆ ਜਦੋਂ ਪੀੜਤ ਪਰਿਵਾਰ ਉੱਤੇ ਪੁਲਿਸ ਅਧਿਕਾਰੀ ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾ ਦਿੱਤੇ ਗਏ। ਅੰਮ੍ਰਿਤਸਰ ਵਿਖੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਇੱਕ ਪਰਿਵਾਰ ਦੇ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਅਤੇ ਡਾਕਟਰਾਂ ਉੱਤੇ ਬੱਚੇ ਦੇ ਇਲਾਜ ਦੇ ਵਿੱਚ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ। ਇਸ ਸੰਬੰਧੀ ਗੱਲਬਾਤ ਕਰਦਿਆਂ ਬੱਚੀ ਦੀ ਮਾਂ ਕਸ਼ਿਸ਼ ਖੰਨਾ ਨੇ ਦੱਸਿਆ ਹੈ ਕਿ ਡਾਕਟਰਾਂ ਨੇ ਸਾਨੂੰ ਬੱਚੀ ਦੀ ਹਾਲਤ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਜਿਸ ਕਰਕੇ ਬੱਚੇ ਦੀ ਜਾਨ ਚਲੀ ਗਈ। ਡਾਕਟਰਾਂ ਨੂੰ ਅਸੀਂ ਇਹਨਾਂ ਨੇ ਸਾਨੂੰ ਡਿਲੀਵਰੀ ਵਾਲੇ ਰਿਪੋਰਟਾਂ ਸਾਡੀਆਂ ਆਪਣੇ ਕੋਲ ਹੀ ਰੱਖੀਆਂ ਸੀ। ਫਿਰ ਜਦੋਂ ਸਾਡੀ ਬੱਚੀ 7ਵੇਂ ਹਸਪਤਾਲ ਫੋਰਟਿਸ ਅਸਕੋਡ ਦੇ ਵਿੱਚ ਸੀ, ਅਸੀਂ ਇੱਕ ਸਰਜਰੀ ਮੋਹਾਲੀ ਫੋਰਟਿਸ ਤੋਂ ਵੀ ਇਹਦੀ ਕਰਵਾਈ ਅਤੇ ਉਹਦੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵਜ਼ਨ ਵਧਾਉਣਾ, ਵਜ਼ਨ ਵਧਾਉਣ ਵਾਸਤੇ ਅਸੀਂ ਫੋਰਟਿਸ ਅਸਕੋਡ 'ਚ ਰੱਖਿਆ ਜਿੱਥੇ ਕਿ 1.5 ਮਹੀਨੇ ਬਾਅਦ ਉਹਨੂੰ ਅਟੈਕ ਆ ਗਿਆ। ਉਹਦੇ ਸਾਰੇ ਅੰਗ ਸਾਡੇ ਸਾਹਮਣੇ ਫੇਲ ਹੋਏ, ਅੱਖਾਂ ਵੀ, ਕਿਡਰੀਆਂ ਵੀ ਚਲੀ ਗਈਆਂ, ਕਿਡਰੀਆਂ ਵੀ ਫੇਲ ਹੋ ਗਈਆਂ ਸੀ। ਅਸੀਂ ਆਪਣੇ ਬੱਚੇ ਨੂੰ ਤੜਫਦੇ ਵੇਖਿਆ 3 ਮਹੀਨੇ, ਉੱਥੋਂ ਅਸੀਂ ਆਏ ਸੀ ਮੈਡਮ ਕੋਲ ਵਿੱਚ ਜਿਹੜੇ ਉਹ ਜਿੰਦਾ ਸੀ। ਅਸੀਂ ਕਿਹਾ ਮੈਡਮ ਸਾਨੂੰ ਰਿਪੋਰਟਾਂ ਦੇ ਅਲਟਰਾਸਾਊਂਡ ਦੀਆਂ। ਕਹਿੰਦੀ ਮੈਨੂੰ ਵੀ ਸਮਾਂ ਆਉਣੇ, ਮੈਂ ਓਰਿਜਨਲ ਨਹੀਂ ਦੇਣੀਆਂ, ਫੋਟੋ ਕਾਪੀਆਂ ਲੈ ਜਾਓ। ਅਤੇ ਇਹਨਾਂ ਦੇ ਹਸਬੈਂਡ ਨੇ ਵੀ ਮੇਰੇ ਹਸਬੈਂਡ ਨੂੰ ਧੱਕੇ ਮਾਰੇ, ਅਸੀਂ ਦੋਵੇਂ ਇਕੱਲੇ ਆਏ ਸੀ ਉਦੋਂ। ਹਾਂਜੀ, ਅਸੀਂ ਪੁਲਿਸ 'ਤੇ 2 ਮਈ ਦੀ ਸ਼ਿਕਾਇਤ ਕੀਤੀ। ਸਾਨੂੰ ਮੈਡਮ ਕਹਿੰਦੀ ਆ ਅੰਦਰ ਵਾਲੀਆ ਕਿ ਮੇਰੇ ਕੋਲ ਐਰਰ ਹੋ ਗਿਆ, ਮੈਂ ਬਸ ਪ੍ਰੇ ਕਰ ਸਕਦੀ ਹਾਂ, ਮਰਿਆ ਨਾ ਕੋਈ ਮਰਦਾ ਨਹੀਂ। ਹਾਂਜੀ, ਅਲਟਰਾਸਾਊਂਡ ਦਾ ਲਾਇਸੈਂਸ ਹੋਵੇ ਕੈਂਸਲ, ਹਰਸ਼ਦੀਪ ਕਸ਼ਯਪ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ, ਜਸਪ੍ਰੀਤ ਵਾਲੀਆ, ਜਸਪ੍ਰੀਤ ਛਾਛੀ ਜਿਨ੍ਹਾਂ ਦੇ ਅੰਦਰ ਉਹ ਕਰਦਾ ਪਿਆ ਅਲਟਰਾਸਾਊਂਡ। ਉਧਰ ਮ੍ਰਿਤਕ ਬੱਚੀ ਦੇ ਪਿਤਾ ਨੇ ਮੌਕੇ ਉੱਤੇ ਪੁੱਜੇ ਪੁਲਿਸ ਉੱਤੇ ਇਲਜ਼ਾਮ ਲਗਾਏ ਕਿ ਪੁਲਿਸ ਅਧਿਕਾਰੀ ਨੇ ਉਸ ਦੇ ਥੱਪੜ ਮਾਰਿਆ ਜਦਕਿ ਉਹ ਇਨਸਾਫ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਿਹਾ ਸੀ। ਚਪੇੜ ਮਾਰੀ, ਮੈਨੂੰ ਫੜ ਕੇ ਬਾਹਰ ਲੈ ਗਿਆ, ਮੈਨੂੰ ਵੀ ਹੱਥ ਪਾਇਆ। ਰਣਜੀਤ ਸਿੰਘ ਐਸ ਐਚ ਓ ਮਜੀਠਾ ਰੋਡ ਥਾਣਾ, ਇਹਨੇ ਚਪੇੜ ਮਾਰੀ, ਮੇਰੇ ਪੈਰ ਖਾ ਗਿਆ ਚਪੇੜ। ਮੈਂ ਆਪਣੀ ਆਵਾਜ਼ ਉਠਾਉਣ ਡਿਆ ਗੱਲ ਕਰਨ ਡਿਆ, ਕਹਿੰਦਾ ਚੱਲ ਪਿੱਛੇ ਹੋ, ਚੱਲ ਪਿੱਛੇ ਹੋ। ਜਨਾਨੀ ਤੇ ਵੀ ਮੇਰੀ ਹੱਥ ਪਾਇਆ ਨੇ, ਲੇਡੀਜ਼ ਤੇ ਵੀ ਹੱਥ ਪਾਇਆ ਉੱਥੇ। ਗਲੋ ਰਣਜੀਤ ਸਿੰਘ, ਮੈਂ ਅੰਦਰ ਆਪਣੀ ਆਵਾਜ਼ ਉਠਾ ਲਿਆ, ਇਹਨੇ ਚਪੇੜ ਮਾਰੀ ਮੇਰੇ ਲੜਕੀ ਦਾ ਪਿਤਾ। ਮੈਂ ਲੜਕੀ ਦਾ ਪਿਤਾ ਜਿਹਦੀ ਡੈਥ ਹੋਈ, ਮੈਂ ਆਪਣੀ ਗੱਲ ਕਰਦਾ ਪਿਆ ਸੀ, ਲੜਕੀ ਦਾ ਪਿਤਾ ਮੈਂ, ਮੇਰੀ ਲੜਕੀ ਡੈਥ ਹੋਈ ਹੈ, ਇਹਨੇ ਮੇਰੇ ਚਪੇੜ ਮਾਰੀ, ਐਸ ਐਚ ਓ ਨੇ ਰਣਜੀਤ ਸਿੰਘ ਨੇ। ਪੁਲਿਸ ਖਰੀਦੀ ਗਈ ਹੈ, ਮੇਰੇ ਥੱਪੜ ਮਾਰਿਆ ਭਾਗੀਆਂ ਨੇ ਥੱਪੜ। ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਸਿਰਫ ਇਹਨਾਂ ਨੂੰ ਹਸਪਤਾਲ ਤੋਂ ਬਾਹਰ ਜਾਣ ਦੇ ਲਈ ਕਿਹਾ ਸੀ, ਉਸ ਨੇ ਕੋਈ ਵੀ ਥੱਪੜ ਨਹੀਂ ਮਾਰਿਆ। ਪ੍ਰੋਟੈਸਟ ਕਰਨ ਡੇ, ਇਹਨਾਂ ਨੇ ਕੋਈ ਨਹੀਂ ਹੈ, ਨਹੀਂ ਇਹਨਾਂ ਨੇ ਕੋਈ ਥੱਪੜ ਨਹੀਂ ਮਾਰਿਆ, ਮੈਂ ਕਿਸੇ ਕੋਈ ਨਹੀਂ ਮਾਰਿਆ, ਇਹਨਾਂ ਨੂੰ ਹਟਾਇਆ ਬਸ, ਪਿੱਛੇ ਹਟਾਇਆ। ਦੱਸ ਦਈਏ ਕਿ ਇਸ ਦੌਰਾਨ ਪਰਿਵਾਰ ਦੇ ਵੱਲੋਂ ਹੋਰ ਲੋਕਾਂ ਦੇ ਨਾਲ ਮਿਲ ਕੇ ਹਸਪਤਾਲ ਅਤੇ ਪੁਲਿਸ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਕੀਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ, ਹਮਦਰਦ TV।